ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸਰਕਾਰੀ ਕੀਰਤੀ ਕਾਲਜ ਨਿਆਲ ਪਾਟਣਾ ਵਿੱਚ ਕਾਲਜ ਕੈਂਪਸ ਐਂਬੈਸਡਰ ਅਤੇ ਇਲੈਕਟੋਰਲ ਲਿਟਰੇਸੀ ਕਲੱਬ ਬਣਾਇਆ ਗਿਆ। ਕਾਲਜ ਪ੍ਰਿੰਸੀਪਲ ਪ੍ਰੋਫੈਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਕੈਂਪਸ ਵਿੱਚ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਜੋ ਅੰਬੈਸਡਰ ਲਾਏ ਗਏ ਨੇ ਉਹ ਸਵੀਪ ਦੀ ਹਰ ਗਤੀਵਿਧੀ ਅਤੇ ਵਿਦਿਆਰਥੀਆਂ ਨੂੰ ਸਮੇਂ ਸਮੇਂ ਸਿਰ ਵੋਟ ਪਾਉਣ ਸੰਬੰਧੀ ਪ੍ਰੇਰਿਤ ਕਰਦੇ ਰਹਿਣਗੇ ਤਾਂ ਕਿ ਨਵੇਂ ਵੋਟਰ ਆਪਣੀ ਸਵੈ ਇੱਛਾ ਅਨੁਸਾਰ ਸਹੀ ਉਮੀਦਵਾਰ ਨੂੰ ਚੁਣ ਕੇ ਭਾਰਤੀ ਲੋਕਤੰਤਰ ਵਿੱਚ ਯੋਗਦਾਨ ਪਾ ਸਕਣ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤੇ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਹਦਾਇਤਾਂ ਹੋਈਆਂ ਹਨ ਕਿ ਕੁਝ ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸੀਗੀ। ਸਾਡੀ ਉਸ ਮੀਟਿੰਗ ਦੇ ਵਿੱਚ ਸਾਡੇ ਕਾਲਜ ਦੇ ਨੋਡਲ ਅਫਸਰ ਡਾਕਟਰ ਗੁਰਜੀਤ ਸਿੰਘ ਜੀ ਨੇ ਉਹਦੇ ਮੀਟਿੰਗ ਦੇ ਵਿੱਚ ਭਾਗ ਲਿਆ ਸੀਗਾ ਤੇ ਉਹਦੇ 'ਚ ਆ ਕੇ ਕਿ ਵੋਟਾਂ ਦੀ ਜਿਹੜੀ ਸਰਸਰੀ ਸੁਧਾਈ ਹੋਣੀ ਹੈ ਤੇ ਜਿਹੜੇ ਵੀ ਬੱਚੇ 18 ਸਾਲ ਦੇ ਹੋ ਗਏ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ 18 ਸਾਲ ਦੇ ਜਿਹੜੀ ਏਜ ਪੂਰੀ ਕਰਨਗੇ ਉਹਦੀ ਉਹਨਾਂ ਦੀਆਂ ਜਿਹੜੀਆਂ ਵੋਟਾਂ ਬਣਾਈਆਂ ਜਾਣੀਆਂ ਕਿਉਂਕਿ ਕਾਲਜ ਦੇ ਵਿੱਚ ਸਾਡੇ ਕੋਲ 1200-1300 ਬੱਚਾ। ਅਸੀਂ ਆਪਣੇ ਜਦੋਂ ਐਗਜ਼ਾਮੀਨੇਸ਼ਨ ਫਾਰਮ ਜਾਂ ਐਡਮਿਸ਼ਨ ਫਾਰਮ ਅਸੀਂ ਭਰਵਾਏ ਸੀਗੇ ਉਹਦੇ ਵਿੱਚ ਅਸੀਂ ਇੱਕ ਕਾਲਮ ਵੀ ਕ੍ਰੀਏਟ ਕੀਤਾ ਕਿ ਜਿਹਦੇ 'ਚ ਜੇ ਬੱਚੇ ਦੀ ਵੋਟ ਬਣੀ ਹੋਈ ਹੈ ਤਾਂ ਆਪਣਾ ਉਹ ਕਾਰਡ ਦਾ ਨੰਬਰ ਦੇ ਦੇਵੇ, ਜਿਹੜੇ ਨਹੀਂ ਹੈਗੇ ਤਾਂ ਉਹ ਲਿਖੋ ਕਿ ਉਹਨਾਂ ਦੀਆਂ ਅਸੀਂ ਵੋਟਾਂ ਜਿਹੜੀਆਂ ਬਣਾਉਣੀਆਂ। ਇਸ ਸੰਬੰਧ ਦੇ ਵਿੱਚ ਜਿਹੜੇ ਸਾਡੇ ਨੋਡਲ ਅਫਸਰ ਹੈ ਉਹਨਾਂ ਨੇ 4 ਜਿਹੜੇ ਨੇ ਕੈਂਪਸ ਐਂਬੈਸਡਰ ਜਿਹੜੇ ਨੇ ਉਹ ਲਗਾਏ ਨੇ ਤੇ ਇੱਕ ਇਲੈਕਟੋਰਲ ਲਿਟਰੇਸੀ ਕਲੱਬ ELC ਕਲੱਬ ਇਹਨੂੰ ਕਿਹਾ ਜਾਂਦਾ ਇਹ ਅਸੀਂ ਕਾਲਜ ਦੇ ਵਿੱਚ ਸਥਾਪਿਤ ਕੀਤਾ ਜਿਹੜਾ ਕਿ ਇਹਨਾਂ ਬੱਚਿਆਂ ਦੇ ਨਾਲ ਤਾਲਮੇਲ ਕਰਕੇ ਜਿਹੜੇ 18 ਸਾਲ ਕੰਪਲੀਟ ਕਰ ਲੈਣਗੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਬਣਾਏਗਾ ਸਾਡੇ ਇਹਦੇ ਇਹਨਾਂ ਜਿਹੜੇ 4 ਅੰਬੈਸਡਰ ਅਸੀਂ ਲਗਾਏ ਹਨ ਉਹਨਾਂ ਦੇ ਵਿੱਚ 2 ਲੜਕੇ ਨੇ ਤੇ 2 ਲੜਕੀਆਂ ਨੇ। BA ਫਾਈਨਲ ਈਅਰ ਦਾ ਸਟੂਡੈਂਟ ਹੈ ਇੱਕ ਵਿਜੇ ਕੁਮਾਰ, BA ਸੈਕੰਡ ਈਅਰ ਦਾ ਲੜਕਾ ਹੈ ਦੀਪਕ ਤੇ ਨਾਲ 2 ਲੜਕੀਆਂ ਨੇ ਗੁਰਲੀਨ ਤੇ ਅਮਨਦੀਪ ਕੌਰ। ਇਹਨਾਂ ਦੇ ਵਿੱਚ ਜਿਹੜਾ ਸਾਡਾ ਲੜਕਾ ਹੈ ਵਿਜੇ ਕੁਮਾਰ ਉਹਦੀ ਅਸੀਂ ਡਿਊਟੀ ਲਗਾਈ ਹੈ ਕਿ ਵਿਦਿਆਰਥੀ ਸਾਡਾ ਕਿਸੇ ਵੀ ਪਿੰਡ ਤੋਂ ਆਉਂਦਾ, ਕਿਸੇ ਵੀ ਏਰੀਆ ਤੋਂ ਆਉਂਦਾ, ਉਹ ਆਨਲਾਈਨ ਪੋਰਟਲ ਦੇ ਉੱਤੇ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਹੈਗਾ ਉੱਥੇ ਬੱਚਿਆਂ ਦੀਆਂ ਜਿਹੜੀਆਂ ਰਜਿਸਟ੍ਰੇਸ਼ਨਸ ਕਰ ਦੇਗਾ ਤੇ ਆਪਣੇ ਆਪ ਹੀ ਆਟੋਮੈਟਿਕਲੀ ਬੱਚਿਆਂ ਦਾ ਜਿਹੜਾ ਵੋਟਰ ਕਾਰਡ ਹੈ ਉਹ ਬਣ ਕੇ ਉਹਨਾਂ ਦੇ ਐਡਰੈਸ ਦੇ ਉੱਤੇ ਪਹੁੰਚ ਜਾਏਗਾ ਤੇ ਇਹ ਅਸੀਂ ਇੱਕ ਕਾਲਜ ਵੱਲੋਂ ਵੱਡਾ ਉਪਰਾਲਾ ਕਰ ਰਹੇ ਹਾਂ ਕਿ ਆਪਣੇ ਸਾਰੇ ਵਿਦਿਆਰਥੀ ਜਿਹੜੇ ਸਾਡੇ 18+ ਹੋਣਗੇ ਉਹਨਾਂ ਦੀਆਂ ਅਸੀਂ ਇਹ ਵੋਟਾਂ ਜਿਹੜੀਆਂ ਹੈ ਬਣਾ ਦਈਏ ਤੇ ਉਹ ਜਿਹੜੇ ਡੈਮੋਕਰੈਟਿਕ ਤਰੀਕੇ ਦੇ ਨਾਲ ਜਿਹੜੀ ਆਪਣੀ ਉਹ ਵੋਟ ਕਾਸਟ ਕਰ ਸਕਣ ਤੇ ਆਪਣੇ ਤਰੀਕੇ ਦੇ ਨਾਲ ਆਪਣੇ ਏਰੀਆ ਦੇ ਜਿਹੜੇ ਨੁਮਾਇੰਦਿਆਂ ਨੂੰ ਚੁਣ ਸਕਣ। ਅਸੀਂ ਹਾਂ ਜਿੰਨੇ ਵੀ ਸਾਡੇ ਵਿਦਿਆਰਥੀ ਹਨ ਉਹਨਾਂ ਨੂੰ ਅਸੀਂ ਜਿਵੇਂ ਨੋਡਲ ਅਫਸਰ ਸਾਡੇ ਹਨ ਉਹਨਾਂ ਦਾ ਫੋਨ ਨੰਬਰ ਉਹਨਾਂ ਕੋਲ ਹੈਗਾ, ਵਿਦਿਆਰਥੀਆਂ ਦਾ ਜਿਹੜਾ ਫੋਨ ਨੰਬਰ ਹੈ ਅਸੀਂ ਆਪਣੀ ਵੈਬਸਾਈਟ ਤੇ ਵੀ ਪਾ ਦਿੱਤਾ ਸੀ, ਜਗ੍ਹਾ ਜਗ੍ਹਾ ਦੇ ਉੱਤੇ ਮਤਲਬ ਨੋਟਿਸ ਵੀ ਲਗਾ ਦਿੱਤਾ ਹੈ ਕਿ ਜਿਹੜੇ ਵੀ ਬੱਚੇ 18 ਸਾਲ ਕੰਪਲੀਟ ਕਰ ਚੁੱਕੇ ਹਨ ਉਹ ਇਹਨਾਂ ਕੈਂਪਸ ਅੰਬੈਸਡਰਸ ਨੂੰ ਕੰਟੈਕਟ ਕਰਨ, ਲੜਕੀਆਂ ਲੜਕੀਆਂ ਨੂੰ, ਲੜਕੇ ਲੜਕਿਆਂ ਨੂੰ ਤੇ ਨੋਡਲ ਅਫਸਰ ਡਾਕਟਰ ਗੁਰਜੀਤ ਸਿੰਘ ਨੂੰ ਕੰਟੈਕਟ ਕਰਨ ਤੇ ਮੈਂ ਵੀ ਆਫਿਸ ਦੇ ਵਿੱਚ ਹੁੰਦਾ, ਜਿਹੜੇ ਵੀ ਕੋਈ ਬੱਚੇ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਮੇਰੇ ਕੋਲ ਆ ਕੇ ਸਿੱਧਾ ਕੰਟੈਕਟ ਕਰ ਸਕਦੇ ਨੇ। ਅਸੀਂ ਕਿਸੇ ਵੀ ਵਿਦਿਆਰਥੀ ਦਾ ਜਿਹੜਾ ਹੈ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਹੈ ਉਹ ਭਾਗ ਲੈਣਾ ਵੋਟਰ ਕਾਰਡ ਬਿਨਾਂ ਨਾ ਰਹਿ ਜਾਵੇ ਇਸ ਦੀ ਅਸੀਂ ਪੂਰਾ ਖਿਆਲ ਰੱਖਾਂਗੇ। ਧੰਨਵਾਦ ਸਰ। ਕਿ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇਗੀਆਂ ਸਾਡੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਸ ਕੰਮ ਦੇ ਵਿੱਚ ਜ਼ਿਆਦਾਤਰ ਰੋਲ ਜਿਹੜਾ ਹੈ ਵੋਟਰ ਦਾ ਹੁੰਦਾ ਹੈਗਾ ਜੀ। ਤਾਂ ਉਹਦੇ 'ਚ ਜਿਹੜੇ ਨਵੇਂ ਵੋਟਰਸ ਨੇਗੇ 18 ਸਾਲ ਜਦੋਂ ਵੀ ਦਾ ਕੋਈ ਵੋਟਰ ਬਣਦਾ ਤਾਂ ਉਹ ਬਹੁਤ ਸਾਰੇ ਵਿਦਿਆਰਥੀ ਸਾਡੇ ਕਾਲਜਾਂ 'ਚ ਹੁੰਦੇ ਨੇਗੇ। ਤਾਂ ਜਿੰਨੀ ਕੁ ਸਾਡੀ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨਰ ਵੱਲੋਂ ਸਾਡੀ ਡਿਊਟੀ ਲੱਗਦੀ ਹੈ ਕਿ ਇਹਨਾਂ ਬੱਚਿਆਂ ਨੂੰ ਟਰੇਸ ਕਰੋ ਕਿ ਜਿਹੜੇ ਬੱਚੇ 18 ਸਾਲ ਦੀ ਉਮਰ ਪੂਰੀ ਕਰ ਗਏ ਨੇ ਉਹਨਾਂ ਦੀ ਵੋਟ ਬਣਨੀ ਬਹੁਤ ਜ਼ਰੂਰੀ ਹੈ। ਤਾਂ ਸਾਨੂੰ ਪਿਛਲੇ 8 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀਗੀ ਡਿਪਟੀ ਕਮਿਸ਼ਨਰ ਪਟਿਆਲਾ ਆਫਿਸ ਦੇ ਵਿੱਚ, ਉਹਨਾਂ ਦੀ ਰਹਿਨਮਾਈ ਹੇਠ ਸਾਡੀ ਉੱਥੇ ਜਿਹੜੀ ਮੀਟਿੰਗ ਹੋਈ ਹੈ ਨੋਡਲ ਅਫਸਰਾਂ ਦੀ, ਉਹਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਥਿੰਦ ਜੀ ADC ਪਟਿਆਲਾ ਉਹਨਾਂ ਨੇ ਸਾਨੂੰ ਅਗਵਾਈ ਦਿੱਤੀ ਸੀਗੀ ਕਿ ਸਾਨੂੰ ਕਿਹਾ ਸੀਗਾ ਕਿ ਇਹ 18-19 ਸਾਲ ਦੇ ਜਿਹੜੇ ਨੌਜਵਾਨ ਵਰਗ ਕਾਲਜਾਂ 'ਚ ਹੈਗਾ ਇਹਨਾਂ ਦੇ ਵਿੱਚੋਂ ਕੋਈ ਵੋਟ ਬਣਾਉਣ ਤੋਂ ਰਹਿ ਨਾ ਜਾਵੇ। ਤਾਂ ਅਸੀਂ ਪਹਿਲਾਂ ਵੀ ਕੋਸ਼ਿਸ਼ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ, ਇਸ ਵਾਰ ਵੀ ਉਹਨਾਂ ਨੇ ਕਿਹਾ ਕਿ ਕੋਈ ਵੋਟਰ ਰਹਿਣਾ ਨਹੀਂ ਚਾਹੀਦਾ ਜਿਹੜਾ 18 ਸਾਲ ਤੋਂ ਉੱਪਰ ਦੀ ਉਮਰ ਦਾ ਹੋ ਗਿਆ ਕੋਈ ਵਿਦਿਆਰਥੀ। ਤਾਂ ਹੁਣ ਅਸੀਂ ਇਹਦੇ ਲਈ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ 4 ਕੈਂਪਸ ਅੰਬੈਸਡਰ ਚੁਣੇ ਨੇਗੇ ਜਿਹਦੇ 'ਚ ਵਿਦਿਆਰਥੀ ਵਿਜੇ ਕੁਮਾਰ ਹੈ, ਦੀਪ ਕੁਮਾਰ ਹੈ, 2 ਲੜਕੀਆਂ ਨੇਗੀਆਂ ਗੁਰਲੀਨ ਕੌਰ ਅਤੇ
अमनदीप कौर तो ये असी ये बच्चों विद्यार्थियों अगवाई करनगिया साढ़े सहयोग करनगिया और उन्होंने ये कैंपस अंबैसडर के तौर पर साडा सुनेहा उन्होंने तक पहुँचाउणगिया असी भी इत्थे हाँ तो साडा जो भी सानू हदायतां होणगियां असी विद्यार्थियों तक पहुँचावांगे चोण कमीशन दीआं हदायतां नूं ते जेकर किसी विद्यार्थी की वोट नहीं बनी अजे तक और 18 साल का हो चुका है तो असी उहदी वोट बनाउण दे विच मदद करांगे। वैसे तो सरकार ने पहले ही प्रबंध किया है कि वह बी एल ओ नूं मिल सकदे ने हल्के दे नूं जां एन एस वी पी ऐप हैगी आ जां हैल्पलाइन हैगी आ उत्ते कर सकदे ने पर फिर भी जे किसी विद्यार्थी नूं कोई दिक्कत आउंदी है तो उहदे लई असी हाजिर हाँ साढ़े कैंपस अंबैसडर हाजिर ने साढ़े कॉलेज ने सहूलत दित्ती है कि इत्थे भी जे कोई विद्यार्थी इस तरह का हैगा चाहे किसी भी पिंड का किसी भी एरिए का वो साढ़े को इतने भी ऑनलाइन रजिस्ट्रेशन करवा सकता है। एक होर उत्थे मीटिंग दे विच सानू दिशा निर्देश हो सके कि जिहड़े बच्चे 18 साल के होने वाले नेगे अज करो 2 महीने 3 महीने होने वाला जे तो उहदी भी रजिस्ट्रेशन हो सकती है जो वो 18 साल का पूरा हो गया उस तो बाद डाकूमेंट्स सही पाए जाएंगे तो उस तो बाद उहदी वोट बना दी जाए। वो असी 4 पड़ा दिते नेगे सानू हदायतों मुताबक कि 1 जनवरी 2023 नूं जिन्ने बच्चे 18 साल के हो जाएंगे अगली डेट दी है 1 अप्रैल 2023 उस तो अगली है 1 जुलाई 2023 तो उस तो अगली है 1 अक्तूबर 2023 ये 4 पड़ा ने गे इन्हां डेटा इन्हां पड़ावां ते जिन्ने विद्यार्थी 18 साल के होंदे जाणगे उन्हां दी असीं वोट बनाउण लई जिम्मेवार आ ते उन्हां दी बनावांगे जिहड़े भी विद्यार्थी साडे इत्थे कॉलेज दे विद्यार्थी इत्थे पढ़दे ने। बहुत बहुत शुक्रिया। मेरा नाम अमनदीप कौर सरकारी किरती कॉलेज की विद्यार्थी। सानू अंबैसडर बनाया गया है भी मतलब जेडे बच्चे 18 साल के हो चुके ने उन्हां दी वोटां भी असीं खुद अपने कॉलेज दे विच अप्लाई कर सकदे हां क्योंकि कई बच्चे आए जने जेडे बाहर नहीं अप्लाई कर सकदे जेडे मतलब साडे कॉलेज दे विच बथेरे इहो जिहे विद्यार्थी ने जेडे 18 साल के हो चुके ने ते उह अपनी वोट हजे तक उन्होंने अप्लाई नहीं करी हैगी असीं उन्हां दी वोटां अपने ही कॉलेज दे विच कंप्यूटर लैब दे विच अप्लाई कर सकदे। वोटा मन का मतलब 10वीं का सर्टिफिकेट ते आधार कार्ड अप्लाई करने ही बस 6 नंबर फार्म भरने। मेरा नाम विजय कुमार मैं बीए फाइनल ईयर का विद्यार्थी हाँ। सन कॉलेज के टीचर वालों जो बच्चे 18 साल या उन्होंने तो उपर हो चुके हैं तो उन्होंने वोट नहीं बनी उन्होंने वोट बनाने की ड्यूटी दी गई है जो असी पूरी ईमानदार निभावे जेडे बच्चे वोट बनाने बारे जानकारी नहीं है जा बार कित नहीं बनवा सकते असं उन्होंने जानकारी भी देवे कि वोट बनवा सकते हो ऑनलाइन प्रोसैस है तो बारों तुम बी एल ओ तो किमें वोट बना सकते हो उस प्रति असी उन्होंने जागरूक करा तो दसा किमें 6 नंबर फॉर्म भर के बी एल ओ को अपनी वोट बनवा सकते हो या ऑनलाइन भी।